ਸਤਸੰਗ ਜੀਓ ਭਾਗਾ ਵਾਲਿਓ ਵਾਹਿਗੁਰੂ ਜੀ ਇਸ਼ਾਬਾ ਦੀ ਸੰਗਤ ਨੂੰ ਇਹ ਮਹਾਨ ਸਮਾਗਮ ਮਨਾਉਣ ਦਾ ਸਮਾਂ ਮਿਲਿਆ ਹੈ ਉਹ ਤੁਸੀਂ ਸਾਰੀਆਂ ਸੰਗਤਾਂ ਨੇ ਮਿਲ ਕੇ ਜਿਹੜੇ ਸਹਿਜ ਪਾਠ ਚਲਾਏ ਨੇ ਉਹ ਵੀ ਗੁਰੂ ਮਹਾਰਾਜ ਨੇ ਵਾਹਿਗੁਰੂ ਜੀ ਰਹਿਮਤਾਂ ਕੀਤੀਆਂ ਨੇ ਆਓ ਸਮਾਂ ਥੋੜ੍ਹਾ ਹੈ ਸ਼ਬਦ ਦੇ ਵਿੱਚ ਜੁੜੀਏ ਦੋ ਮਿੰਟ ਦੀ ਸਿਮਰਤ ਸਾਧਨਾ ਫਿਰ ਸ਼ਬਦ ਵਾਹਿਗੁਰੂ ਜੀ ਆਓ ਸਾਰੇ ਪੜ੍ਹਿਓ ਵਾਹਿਗੁਰੂ ਜੀ ਵਾਹਿਗੁਰੂ 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 ਤਨ ਗੁਰੂ ਨਾਨਕ ਜੀ ਤਨ ਗੁਰੂ
नानक नानक नी धन गुरु नानक धन गुरु नानक धन गुरु नानक नानक जी वाहे गुरु 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 संतन के संतन के पास संतन के पास संतन के पास करतारपुर करता बसे संतन के पास संतन के पास संतन के पास संतन के पास करतारपुर करता बसे बसे करतारपुर करता सिमर सिमर पूरन प्रभु कारज पैरा सिमर सिमर पूरन प्रभु कारज पैरा संतन के पास संतन के पास संतन के पास संतन के पास करतारपुर करता बसे करतारपुर करता बसे बिघ्न न को लागता गुर भैरता बिघ्न न को लागता गुर भैरदा रखवाला गोविंद भक्तन कीरा रखवाला गोविंद राय भक्तन कीरा संतन के पास संतन के पास संतन के पास संतन के पास करतारपुर करता बसे करतारपुर करता बसे करता बसे संतन के पास ओ करतारपुर जिदे लई आपां सारे जाण नूं उत्सुक है ही एक छोटी जी गल कह के समाप्ति करन लगा क्योंकि साडा समा नहीं सी पर गुरु प्यारियो प्रेम सदका तुहाडे
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸੰਗਤ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਜਿੱਥੇ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹੋ ਉੱਥੇ ਮਹਾਂਪੁਰਸ਼ਾਂ ਪਾਸ ਵੀ ਬੇਨਤੀ ਕੀਤੀ ਸੀ ਪਰ ਮਹਾਂਪੁਰਸ਼ ਨਹੀਂ ਆ ਸਕੇ। ਕਰਤਾਰਪੁਰ ਦੀ ਪਾਵਨ ਧਰਤੀ, ਇਸ ਧਰਤੀ ਨੂੰ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਵਸਾਇਆ। ਉਹ ਕਰਤਾਰਪੁਰ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜਾ ਰਹੇ, ਅੱਜ ਅੰਮ੍ਰਿਤ ਵੇਲਾ ਏ, ਸਤਿਗੁਰੂ ਜਾਂਦੇ ਨੇ ਤੇ ਜਦੋਂ ਅਗਾਂਹ ਗਏ ਤੇ ਕੀ ਤੱਕਦੇ ਨੇ, ਖੇਤ ਆ ਗਏ, ਖੇਤਾਂ ਵਿੱਚ ਸਤਿਗੁਰਾਂ ਨੇ ਕੀ ਤੱਕਿਆ, ਸਤਿਗੁਰੂ ਖੇਤਾਂ ਦੇ ਵਿੱਚ ਜਦੋਂ ਗੁਰੂ ਕੀ ਸੰਗਤ ਜੀਓ ਖੇਤਾਂ ਦੇ ਵਿੱਚ ਕੀ ਤੱਕਦੇ ਨੇ ਸਤਿਗੁਰੂ ਕੀ ਇੱਕ ਗੁਰੂ ਦਾ ਸਿੱਖ ਕਿਸਾਨ, ਦੋ ਢੇਰੀਆਂ ਬਣੀਆਂ ਹੋਈਆਂ ਨੇ, ਉਹ ਕੀ ਫਸਲ ਦੀ ਵਾਢੀ ਹੋਈ ਹੈ, ਦੋ ਢੇਰੀਆਂ ਬਣੀਆਂ ਹੋਈਆਂ ਨੇ, ਇੱਕ ਸਿੱਖ ਹੀ ਕਰਦਾ ਪਿਆ, ਇੱਕ ਢੇਰ ਦੇ ਵਿੱਚੋਂ ਦੂਜੇ ਢੇਰ ਚ ਪਾਈ ਜਾਂਦਾ। ਸਤਿਗੁਰੂ ਕੋਲ ਆਏ, ਪੁੱਛਿਆ ਭੱਲਿਆ ਕੀ ਕਰਦਾ ਹੈ, ਸਤਿਗੁਰੂ ਅਸੀਂ ਕਿਸਾਨ ਆ, ਤੁਹਾਡੇ ਸਿੱਖ ਹਾਂ, ਤੁਸੀਂ ਸਿਖਾਇਆ ਹੈ ਭਲਾ ਕਰਨਾ ਹੈ, ਸਤਿਗੁਰੂ ਭਲਾ ਕਰ ਰਹੇ ਹੈ, ਕੀ ਕਰ ਰਹੇ? ਮਹਾਰਾਜ ਇਹ ਜਿਹੜਾ ਦੂਜਾ ਢੇਰ ਹੈ ਮੇਰੇ ਵੱਡੇ ਭਰਾ ਦਾ ਹੈ, ਇਹਦੇ ਹਿੱਸੇ ਜ਼ਮੀਨ ਘੱਟ ਆਈ ਹੈ ਮਹਾਰਾਜ, ਤੇ ਤੁਸੀਂ ਕਿਹਾ ਭਲਾ ਕਰਨਾ ਹੈ, ਵੱਡਾ ਭਰਾ ਹੈ, ਵੈਸੇ ਮੇਰੇ ਤੋਂ ਮਦਦ ਨਹੀਂ ਲੈਂਦਾ, ਪਰ ਮਹਾਰਾਜ ਮੈਂ ਹੁਣ ਘਰ ਗਿਆ ਹੋਇਆ ਤੇ ਮੈਂ ਆਪਣੇ ਢੇਰ ਦੇ ਵਿੱਚੋਂ ਦੇ ਢੇਰ ਵਿੱਚ ਇਹ ਕਣਕ ਦੀਆਂ ਰਾਜ। ਮਹਾਰਾਜ ਕਹਿੰਦੇ ਬਹੁਤ ਚੰਗਾ। ਸ਼ਾਮ ਨੂੰ ਫਿਰ ਮਹਾਰਾਜ ਪਰਤੇ, ਫਿਰ ਹੈ ਅਸੀਂ ਕਿਸਾਨ ਹਾਂ, ਤੁਹਾਡੇ ਸਿੱਖ ਹਾਂ, ਤੇ ਮੇਰੇ ਛੋਟੇ ਭਰਾ ਦੇ ਘਰ ਆਣਾ ਜਾਣਾ ਬੜਾ ਲੱਗਿਆ ਰਹਿੰਦਾ ਹੈ, ਤੇ ਮੈਂ ਚਾਹੁੰਦਾ ਹਾਂ ਕਿ ਮੇਰੇ ਤੇ ਕੋਈ ਮਦਦ ਨਹੀਂ ਲੈਂਦਾ, ਤੇ ਮੈਂ ਆਪਣੇ ਢੇਰ ਵਿੱਚੋਂ ਉਹਦੇ ਢੇਰ ਵਿੱਚ ਇਹ ਕਣਕ ਦੀਆਂ ਬੋਰੀਆਂ ਪਾਉਣਾ। ਮਹਾਰਾਜ ਤੁਸੀਂ ਸਿਖਾਇਆ, ਪਰ ਗੁਰੂ ਪਿਆਰਿਓ ਇਹ ਤੁਹਾਡੀ ਛੋਟੀ ਜਿਹੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਿਖਾਈ, ਕਹਿੰਦੇ ਨਿਹਾਲੋ ਨਿਹਾਲ, ਤੁਹਾਨੂੰ ਦੋਨੋਂ ਸਿੱਖਾਂ ਨੂੰ ਕਿਹਾ, ਤੇ ਗੁਰੂ ਪਿਆਰਿਓ ਅੱਜ ਲੋੜ ਏ, ਅੱਜ ਬਹੁਤ ਲੋੜ ਏ ਆਪਸੀ ਪਿਆਰ ਦੀ, ਇਹ ਗੁਰੂ ਨਾਨਕ ਪਾਤਸ਼ਾਹ ਨੇ ਸਿਖਾਇਆ ਹੈ। ਨਾਮ ਜਪੋ, ਕੀਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਤਿੰਨ ਉਪਦੇਸ਼ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੇ ਸਨ, ਆਓ ਸੁਣਾ। ਸੰਤਨ ਕੈ ਪਾਰ, ਸੰਤਨ ਕੈ ਪਾਰ, ਸੰਤਨ ਕੈ ਪਾਰ, ਸੰਤਨ ਕੈ ਪਾਰ, ਕਰਤਾਰਪੁਰ ਕਰਨੀ ਗਜਬ ਕੀ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।